आर्ज उपजे राम नाम संजोग मेरा मन लागा मेरा मन लागा मेरा मन लागा तो परम गंध पाए
मन लागा मेरा मन लागा तो हरी का स्वरूप हो गए भाई इन्ने तराशे गए उन्होंने मन नू इन्ना कंट्रोल किया इन्हां तो बगैर तेनू तुरना ही नहीं आएगा जे अडोल ते अडिग तुरना चाहना है फिर आउन दे औखियां घड़ियां आउन दे हनेरियां आउन दे तूफान आउन दे झक्खड़ जदों तेरा निशाना होएगा ना सीधा ते फिर जिमें चाह पीन लग्या फूक मार के मलाई पासे करी दी है तक इदां पासे हो जांदियां ने आखो सतनाम ये चीजां ऐसियां धन बाबा जगीर सिंह जी मैं तां कहिंदा हुन्ना वड्डियां जगीरां वाले इन्ना नाम धन जोड़िया सेवा सिमरन कीता बड़ी वारी आप जी ने भाई गुरदास जी दियां विचारां दास तो भी सुनिया महापुरशां तो भी सुनदे आए एक जगदे हुए दीवे दी उदाहरण दित्ती कहिंदे देखो तेल किवें पीड़ के कढ़िया गया
ਕਿਵੇਂ ਜਗਦਾ, ਕਿਵੇਂ ਦੂਸਰੇ ਨੂੰ ਚਾਨਣ ਦਿੰਦਾ। ਇੱਕ ਸੱਚ ਦਿਖਾਉਣ ਵਾਲਾ ਸ਼ੀਸ਼ਾ ਵੇਖਦੇ ਆ, ਕਿਸੇ ਤੇ ਯਕੀਨ ਨਹੀਂ ਕਰਦੇ, ਕਹਿੰਦੇ ਸ਼ੀਸ਼ਾ ਸੱਚ ਬੋਲੇਗਾ। ਪਰ ਸ਼ੀਸ਼ਾ ਸੱਚ ਦਿਖਾਉਣ ਲਈ ਬਣਿਆ ਕਿਵੇਂ, ਕਦੇ ਦੇਖਿਆ ਉਹਦਾ ਸਫ਼ਰ ਕਿਵੇਂ ਹੋਇਆ? ਜਿਹੜੀ ਜੋਤ ਤੈਨੂੰ ਚਾਨਣ ਦੇ ਰਹੀ ਹੈ, ਕਦੇ ਦੇਖਿਆ ਉਹ ਜੋਤ ਜਗਣ ਵਾਸਤੇ ਕਿੰਨੀ ਘਾਲਣਾ ਘਾਲਣੀ ਪਈ ਹੈ? ਉਹ ਜਿਹੜੀ ਸਰੰਗੀ ਵਜਾਉਣੀ ਆ ਨਾ, ਹੁਣ ਪਾਠੀ ਢਾਡੀ ਸਿੰਘ ਆਏ ਹੋਏ ਨੇ, ਜਦੋਂ ਉਹਦੀਆਂ ਤਾਰਾਂ ਤੇ ਤਾਰ ਵੱਜਦੀ ਹੈ ਤੇ ਦਿਲ ਦੀਆਂ ਤਾਰਾਂ ਛੇੜ ਜਾਂਦੀ ਹੈ। ਉਹ ਪਿਆਰੇ, ਉਹ ਕਦੇ ਪੁੱਛੋ ਸਰੰਗੀ ਨੂੰ, ਇਹ ਤਾਰ ਇੰਨੀ ਮਿੱਠੀ ਇੰਨੀ ਪਿਆਰੀ ਕਿਉਂ ਵੱਜਦੀ ਹੈ? ਤੇ ਫਿਰ ਉਹ ਸਰੰਗੀ ਦੱਸੇਗੀ ਵੀ ਪਹਿਲਾਂ ਮੈਨੂੰ ਵੱਢਿਆ ਬੱਕਰੀ, ਕਹਿੰਦੀ ਪਹਿਲਾਂ ਮੈਨੂੰ ਵੱਢਿਆ ਗਿਆ, ਕਸਾਈ ਦੇ ਪੇਸ਼ ਕੀਤਾ ਗਿਆ, ਮੈਨੂੰ ਵੱਢਿਆ ਗਿਆ, ਮੇਰੇ ਦਿਲ ਨੂੰ ਕੱਢਿਆ ਗਿਆ, ਮੇਰੇ ਦਿਲ ਦੀਆਂ ਆਂਦਨਾਂ ਕੱਢ ਕੇ ਉਹਨਾਂ ਨੂੰ ਵੱਟ ਚਾੜਿਆ ਗਿਆ, ਉੱਠ ਦਿੱਤੀ ਗਈ, ਤਾਂ ਮੇਰੇ ਦਿਲ ਦੇ ਵਿੱਚੋਂ ਅੱਜ ਦਿਲ ਤੱਕ ਛੂਹਣ ਵਾਲੀਆਂ ਤਰੰਗਾਂ ਨਿਕਲਦੀਆਂ ਨੇ। ਤੇ ਅਖੀਰ ਵਿੱਚ ਕਹਿੰਦੇ ਇਸੇ ਤਰ੍ਹਾਂ ਇੱਕ ਸਾਧੂ ਬਣਦਾ ਹੈ ਬਾਬਾ ਜਗੀਰ ਸਿੰਘ ਜੀ ਵਰਗਾ। ਬੋਲੋ ਇਹ, ਵਾਹ ਵਾਹ, ਬੜੇ ਤਪ ਕਰਕੇ ਤੈਸੇ ਦੁੱਖ ਭੁੱਖ ਸੁਧ ਸਾਧਨਾ ਕੇ ਸਾਧ ਪਏ, ਇੰਨੇ ਕਸ਼ਟ ਝੱਲ ਕੇ ਪਏ, ਇੱਕ ਸਾਧੂ ਬਣਦਾ ਹੈ। ਫਿਰ ਉਸੇ ਦਾ ਬਚਨ ਜਗਤ ਦਾ ਨਿਸਤਾਰ ਕਰਦਾ ਹੈ, ਬੇੜਾ ਪਾਰ ਕਰਦਾ ਹੈ। ਜਦੋਂ ਕਹਿ ਦਿੰਦੇ ਆ ਨਾ ਸਾਧੂ, ਭਾਈ ਅੰਮ੍ਰਿਤ ਛਕ ਲਾ ਗੁਰੂ ਵਾਲਾ ਬਣ ਜਾ, ਫਿਰ ਜਵਾਬ ਨਹੀਂ ਦਿੱਤਾ ਜਾਂਦਾ। ਬੋਲੋ, ਕਿਉਂਕਿ ਸਿੱਖੀ ਕਰਨੀ ਦਾ ਨਾਮ ਹੈ ਨਾ ਪਿਆਰਿਓ, ਕਥਨੀ ਦਾ ਨਾਮ ਨਹੀਂ ਹੈ। ਔਰ ਕਰਨੀ ਦਿਲੋਂ ਹੁੰਦੀ ਹੈ, ਦਿਮਾਗਾਂ ਨਾਲ ਨਹੀਂ ਹੁੰਦੀ, ਹੁੰਦੀ ਦਿਲੋਂ ਕਮਾਈ ਜਾਂਦੀ ਹੈ ਸਿੱਖੀ। ਦਿਲੋਂ ਮੁਹੱਬਤ ਜਿਣ ਸਹੀ ਸੱਚਿਆ, ਜਿਨ ਮਨ ਹੋਰ ਮੁੱਖ ਹੋਰ ਸੇ ਕਾਢੇ ਕੱਚਿਆ। ਇਹ ਤਾਂ ਦਿਮਾਗਾਂ ਨਾਲ ਸਿੱਖੀ ਚਲਾਉਂਦੇ ਫਿਰਦੇ ਨੇ, ਪਰ ਇਹ ਤਾਂ ਦਿਲ ਦੇ ਸੌਦੇ ਨੇ। ਉਹ ਪਿਆਰਿਆ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਪੈਂਦੇ। ਨੇਹੋ ਵਾਲੇ ਨੈਣਾ ਕੀ ਨੀਂਦਰ, ਦਿਨੇ ਰਾਤ ਪਈ ਬਹਿੰਦੇ। ਮੈਂ ਸੁਣਾਉਣ ਲੱਗਿਆ ਇੱਥੇ ਝਿਜਕੂੰਗਾ ਨਹੀਂ। ਆ ਪਿੱਛੇ ਜੇ ਭਾਈ ਕੀ ਸਮਾਧ ਵਾਲੇ ਮਹਾਂਪੁਰਖ ਸੰਤ ਬਾਬਾ ਗੁਰਦੇਵ ਸਿੰਘ ਜੀ ਦਾ ਥੋੜ੍ਹਾ ਜਿਹਾ ਫ੍ਰੈਕਚਰ ਹੋਇਆ, ਤੁਹਾਨੂੰ ਪਤਾ, ਚੂਲੇ ਦੇ ਵਿੱਚ, ਕਿਉਂਕਿ ਉਮਰ ਕਾਫੀ ਵਡੇਰੀ ਹੋ ਗਈ ਹੈ, ਸੁੱਖ ਨਾਲ 80 ਤੋਂ ਪਲੱਸ ਨੇ। ਤੇ ਜਦੋਂ ਉਹਨਾਂ ਨੂੰ ਲੈ ਕੇ ਗਏ ਨਾ ਹੌਸਪੀਟਲ ਦੇ ਵਿੱਚ, ਉਹ ਚੂਲਾ ਬਦਲਣਾ ਸੀਗਾ, ਤੇ ਜਦੋਂ ਟਾਈਮ ਲੱਗਿਆ ਤੇ ਡਾਕਟਰ ਕਹਿੰਦੇ ਇੰਜੈਕਟ ਕਰਨਾ ਪੈਣਾ ਵੀ ਇਹਨਾਂ ਨੂੰ ਗੂੜੀ ਨੀਂਦ ਆ ਜਾਏ, ਠੀਕ ਹੈ। ਤੇ ਐਸਾ ਜ਼ਬਰਦਸਤ ਇੰਜੈਕਟ ਕੀਤਾ ਵੀ ਇਹਨਾਂ ਨੂੰ ਜਾਗ ਨਾ ਆ ਜਾਏ, ਕਿਉਂਕਿ 12:30 ਵਜੇ ਇਸ਼ਨਾਨ ਕਰਕੇ ਸੁਰਤ ਨੂੰ ਗੁਰੂ ਨਾਨਕ ਦੇ ਘਰ ਨਾਲ ਜੋੜ ਲੈਂਦੇ ਸੀ। ਬੋਲੋ, ਤੇ ਤੁਹਾਨੂੰ ਪਤਾ ਕੀ ਹੋਇਆ ਉੱਥੇ? ਉਹ ਦੱਸ ਰਹੇ ਡਾਕਟਰ ਹੈਰਾਨ ਨੇ, ਕਹਿੰਦੇ ਜਦੋਂ ਟੀਕਾ ਐਸਾ ਇੰਜੈਕਸ਼ਨ ਲਾਇਆ ਤੇ 12:30 ਵਜੇ ਤੇ ਗੂਠਾ ਹਿਲਾਇਆ, ਕਹਿੰਦੇ ਭਾਈ ਸੁਰਜੀਤ ਆਪਣੇ ਸੇਵਾਦਾਰ ਜਿਹੜਾ 24 ਘੰਟੇ ਨਾਲ, ਕਹਿੰਦੇ ਜਲ ਤਿਆਰ ਕਰੋ ਵੀ ਇਸ਼ਨਾਨ ਕਰੀਏ। ਬੋਲੋ, ਇਹ ਪਤਾ ਹੀ ਨਹੀਂ ਵੀ ਮੇਰਾ ਚੂਲਾ ਬਦਲੀ ਹੋਇਆ। ਵਾਹ 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 ਵਾਹ, ਇਹ ਦਿਲੋਂ ਮੁਹੱਬਤ ਜਿਨ ਸਹੀ ਸੱਚ ਸੁਹਾਗਣ, ਉਹ ਜਿਹੜੀ ਪਤੀ ਦੀ ਹਾਜ਼ਰੀ ਵਿੱਚ ਹਾਜ਼ਰ ਹੈ, ਉਹ ਸੁਹਾਗਣ ਬਣ ਕੇ ਗਏ ਨੇ ਬਾਬਾ ਜੀ। ਸੁਹਾਗਣਾ ਜਿਨ੍ਹਾਂ ਨੂੰ ਪੁੱਛਣ ਲਈ ਬਾਣੀ ਕਹਿੰਦੀ ਜਾਏ, ਪੁੱਛੋ ਸੁਹਾਗਣੀ ਭੈਣੇ, ਤੁਸੀਂ ਰਾਵਿਆ ਕਿੰਨੇ ਗੁਣੀ, ਤੁਸੀਂ ਕਿਹੜਿਆਂ ਗੁਣਾਂ ਨਾਲ ਪਾਇਆ, ਪੁੱਛੋ ਖਾਂ। ਬਾਬਾ ਕੁੰਦਨ ਸਿੰਘ ਜੀ ਮਹਾਰਾਜ ਵਰਗਿਆਂ ਨੂੰ ਪੁੱਛੋ, ਬਾਬਾ ਜਗੀਰ ਸਿੰਘ ਜੀ ਵਰਗਿਆਂ ਨੂੰ ਪੁੱਛੋ, ਬਾਬਾ ਕੇਰ ਸਿੰਘ ਜੀ ਵਰਗਿਆਂ ਨੂੰ ਪੁੱਛੋ। ਜਦੋਂ ਤੁਰ ਗਏ ਦਿਲਾਂ ਦੇ ਜਾਨੀ, ਸਰੀਰ ਵਿਛੋੜਾ ਦੇ ਗਿਆ ਤੇ ਕਹਿੰਦੇ ਹੁਣ ਜੀ ਤਾਂ ਲੱਗਦਾ ਨਹੀਂ, ਅੰਮ੍ਰਿਤ ਵੇਲੇ ਦਾ ਘੰਟਾ ਕੀਰਤਨ ਹੀ ਵਧਾ ਦਿੰਦੇ ਆ, ਕਹਿੰਦੇ ਹੋਰ ਕੀ ਕਰਾਂਗੇ।
बस होर कुछ नहीं सुना सकता हूँ मैं। दो लाइना बाबा धन्ना सिंह जी का हुक्म बजाना है, वो कहते सी ये सुना जा। यादां तेरियां आउंदियां ने सारे गार सारे महापुरुष हो मैनू यादां तेरियां आउंदियां ने मैनू यादां तेरियां बाबा जी पाले सी रुलते फिर दे संभाले सी मेरा नंद भी तू मेरा ईश्वर भी तू पूछे सच ता बाबा जी परमेश्वर भी तू पूछे सच ता परमेश्वर भी तू मैनू याद तेरियां आउंदियां ने मैनू याद तेरियां आउंदियां ने जिस कमरे दे राही सी खुले दर पे ना माही सी खुले दर पे ना माही सी खुले दर पे है राही तू जाने वाले मेरा एक स्नेहा लेना याद तेरी विच जीवन मेरा मेनू रख चरणा विच लै तो अज नहीं लभदे लाल गवाचे
ਸਾਡੇ ਵੱਡੇ ਬਾਬਾ ਗੁਰਮੇਲ ਸਿੰਘ ਜੀ ਮਹਾਰਾਜ, ਬਾਬਾ ਹਰਭਜਨ ਸਿੰਘ ਜੀ, ਬਾਬਾ ਭਜਨ ਸਿੰਘ ਜੀ, ਧੰਨ ਧੰਨ ਬਾਬਾ ਕੁੰਦਨ ਸਿੰਘ ਜੀ, ਇੱਧਰ ਉਹਨਾਂ ਦੇ ਗੁਰ ਭਾਈ, ਧੰਨ ਧੰਨ ਬਾਬਾ ਜਗੀਰ ਸਿੰਘ ਜੀ ਮਹਾਰਾਜ। ਦੇਖੋ ਨਿਭਾ ਕੇ ਤੁਰ ਗਏ ਬਾਬਾ ਜੀ ਦੇ ਘਰ ਆਪਣੀ ਆਪਣੀ ਵਾਰੀ, ਹੈ ਨਾ। ਬਾਬਾ ਜੀ ਧਾਰਨਾ ਪੜ੍ਹਦੇ ਹੁੰਦੇ ਸੀ, ਇੱਥੇ ਨਾਮ ਵਿਹਾਜਣ ਆਈਆਂ ਰੂਹਾਂ ਪਰਦੇਸ ਦੀਆਂ, ਸਭ ਨੇ ਆਪੋ ਆਪਣੀ ਡਿਊਟੀ ਨਿਭਾ ਕੇ ਤੁਰਦੇ ਜਾਣਾ ਹੈ। ਬਾਬਾ ਜੀ ਸਭ ਦੇ ਰਾਖੇ ਹਨ, ਤੇ ਕਹਿੰਦੇ ਹੁੰਦੇ ਸੀ ਭਾਈ ਲੁੱਡੀਆਂ ਪਾਉਂਦੇ ਆਇਓ ਦਰਗਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।